संयुक्त किसान मोर्चा के भारत बंद के आह्वान के तहत आज फिल्लौर बकापुर गेट के पास जीटी रोड जाम कर दिया गया। दोनों ओर से सड़क जाम कर वक्ताओं ने मोदी सरकार की नीतियों की आलोचना की। वक्ताओं ने कहा कि काले कानूनों को रद्द करने के बाद मोदी सरकार ने किसानों से जो वादे किए थे सरकार उनसे भाग गई है। नेताओं ने कहा कि मोदी सरकार ने 44 श्रम कानूनों को खत्म कर दिया है और कॉरपोरेट घरानों के पक्ष में 4 श्रम कोर बनाए हैं। नेताओं ने कहा कि न सिर्फ वाहन चालकों को निशाना बनाया गया है बल्कि सत्ताधारी दलों ने खुदरा बाजार को विदेशी कंपनियों के हवाले कर दिया है जो दुकानदारों के लिए खतरे की घंटी है। ਪ੍ਰਧਾਨ ਜੀ ਅੱਜ ਸੰਯੁਕਤ ਮੋਰਚੇ ਵੱਲੋਂ ਬੰਦ ਦੀ ਕਾਲ ਆ, ਭਾਰਤ ਬੰਦ ਆ ਤੇ ਹਾਈਵੇ ਵੀ ਬੰਦ ਆ, ਕੀ ਕਹਿਣਾ ਚਾਹੁੰਦੇ ਆ? ਮੈਂ ਅਮਰੀਕ ਸਿੰਘ ਪ੍ਰਧਾਨ, ਜ਼ਿਲ੍ਹਾ ਜਲੰਧਰ ਬੀਕੇ ਜੋ ਕਾਦੀਆਂ ਜਥੇਬੰਦੀ। ਅੱਜ ਜਿਹੜਾ ਇਹ ਭਾਰਤ ਬੰਦ ਦਾ ਸੱਦਾ ਇਹ SK ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਤੋਂ ਕੋਈ 25-30 ਦਿਨ ਪਹਿਲਾਂ ਦਿੱਤਾ ਗਿਆ ਸੀ। ਅੱਜ ਜਿਹੜੀਆਂ ਮੋਦੀ ਸਰਕਾਰ ਨੇ ਪਿਛਲੇ ਅੰਦੋਲਨ ਵੇਲੇ ਕੁਛ ਮੰਗਾਂ ਸਾਡੀਆਂ ਮੰਨੀਆਂ ਸੀ ਲੇਕਿਨ ਲਾਗੂ ਨਹੀਂ ਕੀਤੀਆਂ। ਅਸੀਂ ਜਦ ਤੋਂ ਬੜੇ DC ਸਾਹਿਬ ਨੂੰ, SDM ਸਾਹਿਬ ਨੂੰ ਬੜੇ ਮੰਗ ਪੱਤਰ ਵੀ ਦੇ ਚੁੱਕੇ ਹਾਂ ਪਰ ਇਹਨਾਂ 'ਤੇ ਕੋਈ ਕੰਨ 'ਤੇ ਜੂੰ ਨਹੀਂ ਸਰਕੀ। ਇਸ ਕਰਕੇ ਅੱਜ ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਸਾਰਾ ਭਾਰਤ ਬੰਦ ਕੀਤਾ ਗਿਆ ਜੀ। ਜਿਹੜੀ ਅੱਜ ਰਾਤੀ ਮੀਟਿੰਗ ਵੀ ਹੋਈ ਹੈ, ਬੇਸਿੱਟਾਂ ਨਿਕਲੀ ਅਤੇ ਅੱਜ ਐਤਵਾਰ ਦੀ ਮੀਟਿੰਗ ਹੋਈ। ਦੇਖੋ ਜਿਹੜੀਆਂ ਉੱਥੇ ਜਥੇਬੰਦੀਆਂ ਮੀਟਿੰਗ 'ਚ ਗਈਆਂ ਉਹ ਦੱਸ ਸਕਦੀਆਂ ਵੀ ਮੀਟਿੰਗ ਬੇਸਿੱਟਾਂ ਨਿਕਲੀ ਜਾਂ ਮੀਟਿੰਗ ਸਹੀ ਹੋਈ ਆ ਔਰ ਅੱਗੇ ਟਾਈਮ ਲਿਆ ਉਹਦੇ ਵਿੱਚ ਕੀ ਹੋਊਗਾ ਉਹ ਉਹਨਾਂ ਜਥੇਬੰਦੀਆਂ ਦੱਸ ਸਕਦੀ। ਅੱਜ ਦਾ ਕੀ ਟਾਈਮ ਹੈ? ਅੱਜ ਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਫਿਲੌਰ ਸੇ ਪਰਮਜੀਤ ਸਿੰਘ ਕੀ ਰਿਪੋਰਟ, ਕੈਮਰਾਮੈਨ ਯੁਗਮਾਰਕ TV।